ਹੋਰ ਵੱਡੀ ਜਿਹੜੀ ਰਿਕਵਰੀ ਅੱਜ ਐਸ ਟੀ ਐਫ ਨੂੰ ਮਿਲੀ ਹੈ ਜਾਂ ਵੱਡੀ ਕਾਮਯਾਬੀ ਐਸ ਟੀ ਐਫ ਨੂੰ ਮਿਲੀ ਹੈ, ਇੱਕ 11 ਕਿਲੋ ਹੈਰੋਇਨ ਜਿਹੜੀ ਹੈਗੀ ਆ ਉਹ ਪਕੜੀ ਗਈ ਆ ਇੱਕ ਨਸ਼ਾ ਤਸਕਰ ਦੇ ਕੋਲੋਂ, ਇਹ ਕੀ ਹੈ ਪੂਰਾ ਮਾਮਲਾ? ਸਾਡੇ ਨਾਲ ਏ ਆਈ ਜੀ ਸਨੇਹਦੀਪ ਸ਼ਰਮਾ ਜੀ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਾਸਤੇ। ਥੈਂਕ ਯੂ। ਸਰ ਜਿਹੜੀ ਅੱਜ ਰਿਕਵਰੀ ਕੀਤੀ ਹੈ, ਐਡੇ ਵੱਡਾ ਜਿਹੜਾ ਕਿ ਰੈਕਟ ਫੜਿਆ ਤੁਸੀਂ ਨਸ਼ੇ ਦਾ 11 ਕਿਲੋ ਦਾ, ਉਹਦੇ ਬਾਰੇ ਦਿਓ ਜਾਣਕਾਰੀ ਵੀ ਕੀ ਸੀਗਾ ਪੂਰਾ ਮਾਮਲਾ? ਇਹ ਰੂਟ ਜਿਹੜਾ ਪਾਕਿਸਤਾਨ ਤੋਂ ਹੈਰੋਇਨ ਜਿਹੜੀ ਸਮਗਲ ਕਰਕੇ ਪੰਜਾਬ 'ਚ ਭੇਜੀ ਜਾਂਦੀ ਸੀਗੀ, ਔਰ ਬੀ ਐੱਸ ਐੱਫ ਦੀ ਹੈਲਪ ਦੇ ਨਾਲ ਅਸੀਂ ਸ਼ਮਸ ਕੇ ਪੋਸਟ ਬੀ ਐੱਸ ਐੱਫ ਸੈਕਟਰ ਫਿਰੋਜ਼ਪੁਰ ਦੇ ਵਿੱਚੋਂ ਏਰੀਏ 'ਚ ਅਸੀਂ ਬਰਾਮਦ ਕੀਤੀ ਸੀਗੀ। ਐਂਡ ਉਸੇ ਦੀ ਤਫਤੀਸ਼ ਦੇ ਦੌਰਾਨ ਹੀ ਅਸੀਂ ਜਿਹੜੀ ਹੈ 5 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਜਿਹੜਾ ਇਹਨਾਂ ਕੇਸਿਸ ਦੇ ਵਿੱਚ ਬੰਦਾ ਵਾਂਟਡ ਸੀਗਾ ਪ੍ਰਤਾਪ ਸਿੰਘ, ਉਹ ਅੰਮ੍ਰਿਤਸਰ ਏਰੀਏ ਦੇ ਰਹਿਣ ਵਾਲਾ, ਔਰ ਇਸ ਧੰਦੇ 'ਚ ਕਾਫੀ ਚਿਰ ਤੋਂ ਲੱਗਾ ਹੋਇਆ ਸੀ, ਪਾਕਿਸਤਾਨ ਦੇ ਵਿੱਚ ਉਹਦੇ ਸੰਬੰਧ ਸਨ, ਔਰ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਹੋਰ ਜਿਹੜੇ ਉਹਦੇ ਐਸੋਸੀਏਟ ਨੇ ਉਹਨਾਂ ਨੂੰ ਟਰੇਸ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਰ ਕੀ ਲੱਗਦਾ ਵੀ ਜਿਹੜੀ ਨਸ਼ੇ ਦੀ ਪਾਈਪਲਾਈਨ ਤੁਸੀਂ ਇਹ ਤੋੜ ਦਿੱਤੀ ਹੈ, ਅਤੇ ਲੱਗਦਾ ਵੀ ਜਿਹੜੇ ਬੰਦੇ ਫੜੇ ਗਏ ਹੈ ਅਤੇ ਇੱਥੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ? ਦੇਖੋ ਜੀ, ਇਹ ਤਫਤੀਸ਼ ਦਾ ਪਾਰਟ ਹੈ, ਔਰ ਤਫਤੀਸ਼ ਦੇ ਦੌਰਾਨ ਜਿਹੜਾ ਵੀ ਸਾਹਮਣੇ ਵਿਅਕਤੀ ਆਏਗਾ ਉਹਦਾ ਐਸੋਸੀਏਟ ਹੋਏਗਾ ਜਾਂ ਫਰਦਰ ਡਿਸਟ੍ਰੀਬਿਊਟਰ ਹੋਏਗਾ ਜਾਂ ਸਪਲਾਇਰ ਹੋਏਗਾ, ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਔਰ ਫੜਾਂਗੇ। ਜੀ ਬਿਲਕੁਲ, ਇਹ ਸਨ ਸਨੇਹਦੀਪ ਸ਼ਰਮਾ ਜੀ, ਅਤੇ ਇਹਨਾਂ ਨੇ ਜੋ ਤੁਹਾਨੂੰ ਦੱਸਿਆ ਵੀ ਜਿਹੜਾ ਨਸ਼ਿਆਂ ਦਾ ਜਿਹੜਾ ਲੱਕ ਤੋੜ ਕੇ ਰੱਖ ਦਿੱਤਾ ਹੈ ਐਸ ਟੀ ਐਫ ਪੁਲਿਸ ਨੇ, ਔਰ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕਰ ਰਹੀ ਹੈ, ਔਰ ਸਾਨੂੰ ਹੋਰ ਵੀ ਜਿਹੜੀ ਉਮੀਦ ਹੈਗੀ ਹੈ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਨਸ਼ਾ ਤਸਕਰਾਂ ਨੂੰ, ਨਸ਼ਾ ਸਮੱਗਲਰਾਂ ਨੂੰ, ਜਿਨ੍ਹਾਂ ਦੇ ਪਾਕਿਸਤਾਨ ਦੇ ਵਿੱਚ ਵੀ ਹੈਗੇ ਨੇ ਲਿੰਕ ਹੈਗੇ, ਉਹਨਾਂ ਨੂੰ ਵੀ ਫੜਨ ਦੇ ਵਿੱਚ ਕਾਮਯਾਬੀ ਹਾਸਲ ਕਰੇਗੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।